ਆਗਿਆ ਮੇਰਾ ਪੁੱਤ। ਆ ਜੂੜੇ ਕਰਕੇ ਨਾ ਸਾਰਾ ਦਿਨ ਮੇਰਾ ਸਿਰ ਪੀੜ ਹੁੰਦਾ ਰਹਿੰਦਾ। ਤੂੰ ਪਟਕਾ ਕੱਸ ਕੇ ਬੰਨਿਆ ਹੋਣਾ, ਲਿਆ ਤੇਰੇ ਸਿਰ ਚ ਤੇਲ ਦੀ ਮਾਲਿਸ਼ ਕਰ ਦੇਵਾਂ। ਤੇਲ ਮਲਿਆ ਠੀਕ ਹੋ ਜੂਗਾ, ਤੁਸੀਂ ਵੀ ਐਵੇਂ ਬਸ। ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ, ਮੇਰੇ ਤੋਂ ਨੀ ਸੰਭਾਲੀ ਜਾਂਦੀ ਆ ਕੇਸ ਕੀ ਗੁਸ ਕੀ, ਮੈਂ ਬਾਲ ਕਟਵਾ ਦੇਣੇ ਆ। ਨਾ ਪੁੱਤ, ਇਸ ਤਰ੍ਹਾਂ ਨਹੀਂ ਕਹੀਦਾ। ਆਪਾਂ ਸਿੱਖ ਪਰਿਵਾਰ ਚੋਂ ਆ, ਸਿੱਖ ਆਪਣੀ ਸਿੱਖੀ ਨੂੰ ਕਦੇ ਨਹੀਂ ਵਿਸਾਰਦੇ। ਨਾ, ਸਾਰੇ ਰੂਲ ਮੇਤੀ ਲਾਗੂ ਹੁੰਦੇ ਆ। ਸਾਡੇ ਸਕੂਲ ਚ ਹੋਰ ਵੀ ਤਾਂ ਸਿੱਖਾਂ ਦੇ ਬੱਚੇ ਆ ਜਿਨ੍ਹਾਂ ਨੇ ਬਾਲ ਕਟਵਾਏ ਹੋਏ ਆ, ਨਾਲੇ ਫੁੱਟਬਾਲ ਖੇਡਦੇ ਹੋਏ ਮੇਰਾ ਜੂੜਾ ਖੁੱਲ ਜਾਂਦਾ, ਸਾਰੇ ਬੱਚੇ ਮੇਰਾ ਮਜ਼ਾਕ ਉਡਾਉਂਦੇ ਆ। ਮੇਰੀ ਗੱਲ ਤਾਂ ਕਦੇ ਸਮਝਦੇ ਨਹੀਂ। ਵਾਹਿਗੁਰੂ ਜੀ, ਮੈਨੂੰ ਬਲ ਬਖਸ਼ੋ, ਮੈਂ ਆਪਣੇ ਬੱਚੇ ਨੂੰ ਇਸ ਬਜ਼ਰ ਗ੍ਰਹਿਤ ਕਰਨ ਤੋਂ ਰੋਕ ਸਕੋ। ਸਿਮਰਨ, ਇਹ ਦੇਖੀ ਇੱਕ ਮਿੰਟ। ਕੀ ਆ ਹੁਣ? ਇਹ ਫਿਲਮ ਨੀ ਚਲਦੀ, ਦੇਖੀ ਕਿੱਥੇ ਚਲਦੀ ਆ? ਮੇਰੇ ਦੋਸਤ ਉੱਥੇ ਮੇਰਾ ਵੇਟ ਕਰਦੇ ਪਏ ਆ। ਇੱਕ ਮਿੰਟ, ਦੇਖ ਤਾਂ ਸਹੀ। ਤੁਸੀਂ ਵੀ ਨਾ ਸਾਰਾ ਦਿਨ ਬੈਠੇ ਆ, ਫਿਲਮਾਂ ਹੀ ਵੇਖੀ ਜਾਇਆ ਕਰੋ। ਦੇਖੀ ਜਰਾ ਚਲਦੀ ਨੀ। ਓ, ਮੈਂ ਭੁੱਲ ਗਈ, ਮੈਂ ਦੁੱਧ ਰੱਖਿਆ ਉੱਪਰ, ਮੈਂ ਗੈਸ ਬੰਦ ਕਰਕੇ ਆਈ। ਤੁਹਾਡਾ ਚੇਤਾ ਵੀ ਨਾ ਬਸ। ਕਿਹੜੀ ਫਿਲਮ ਏ? ਹਾਲੇ ਵੀ ਮੌਕਾ। ਲਖਪਤ ਰਾਏ, ਇਹ ਮੇਰੇ ਗੁਰੂ ਦੀ ਬਖਸ਼ਿਸ਼ ਹੈ ਜੋ ਮੈਨੂੰ ਸਿਦਕ ਦੇ ਸਿਖਰ ਦੇ ਇਮਤਿਹਾਨ ਵਾਸਤੇ ਚੁਣਿਆ ਹੈ। ਅੱਜ ਦੁਨੀਆ ਦੁਸ਼ਟ ਰਾਜ ਦੇ ਜ਼ੁਲਮ ਦਾ ਸਿਖਰ ਦੇਖੇਗੀ ਔਰ ਸਿੱਖੀ ਸਿਦਕ ਇਸ ਜ਼ੁਲਮ ਨੂੰ ਫਿੱਕਾ ਪਾ ਦੇਵੇਗਾ। ਹੁਣ ਬਹੁਤੀ ਦੇਰ ਨਾ ਕਰੋ।
ਮੰਮੀ ਮੈਨੂੰ ਮਾਫ ਕਰ ਦਿਓ, ਮੈਂ ਭੁੱਲ ਗਿਆ ਸੀ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਨੂੰ, ਜਿਨ੍ਹਾਂ ਨੇ ਆਪਣੀ ਖੋਪੜੀ ਤਾਂ ਲਹਾ ਤੀ ਪਰ ਕੇਸ ਕਤਲ ਨਹੀਂ ਕਰਾਏ।